ਇਹ ਜੀ ਮੱਖਣ ਖਾਨ ਪਹਿਲਾਂ ਵੀ ਧਰਨਿਆਂ 'ਤੇ ਜਾਂਦਾ ਸੀ ਅਤੇ ਕਿਸਾਨ ਯੂਨੀਅਨ ਦੇ ਨਾਲ ਹੀ ਰਹਿੰਦਾ ਸੀ। ਪਿੰਡ ਪੱਧਰ 'ਤੇ ਵੀ ਬਹੁਤ ਇਹਨਾਂ ਨੇ ਕਿਸਾਨ ਯੂਨੀਅਨ ਦੇ ਨਾਲ ਰਹਿੰਦਾ ਸੀਗਾ। ਦਿੱਲੀ ਜਾਣ ਤੋਂ ਬਾਅਦ ਫਿਰ ਇਹ ਘਰ ਆਇਆ, ਘਰ ਆ ਕੇ ਫਿਰ ਸਾਡੇ ਪਿੰਡੋਂ ਦੋ ਟਰਾਲੀਆਂ ਗਈਆਂ, ਉਹਨਾਂ ਦੇ ਵਿੱਚ ਸ਼ਾਮਿਲ ਹੋਇਆ। ਅੱਜ ਸਾਨੂੰ ਦੁਪਹਿਰੇ ਫੋਨ ਆਇਆ ਕਿ ਸਾਡਾ ਜਿਹੜਾ ਛੋਟਾ ਭਰਾ ਇਸ ਦੁਨੀਆ ਤੋਂ ਕਿਸਾਨੀ ਸੰਘਰਸ਼ ਦੇ ਘੋਲ ਦੇ ਵਿੱਚ ਅਲਵਿਦਾ ਕਹਿ ਗਿਆ। ਖਬਰ ਲੈਂਦੇ ਹਾਂ ਮੋਗੇ ਤੋਂ। ਪਿੰਡਰ ਕਲਾਂ ਦਾ ਇੱਕ ਹੋਰ ਕਿਸਾਨ ਹੋਇਆ ਦਿੱਲੀ ਦੇ ਸਿੰਘੂ ਬਾਰਡਰ 'ਤੇ ਸ਼ਹੀਦ। ਦਿੱਲੀ ਧਰਨੇ 'ਤੇ ਗਏ ਸਨ ਪਿੰਡਰ ਕਲਾਂ ਦੇ, ਇੱਕ ਹੋਰ ਕਿਸਾਨ ਦੀ ਹੋਈ ਹੈ ਮੌਤ। ਦੱਸਣਾ ਚਾਹੁੰਦਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ 3 ਕਿਸਾਨ ਵਿਰੋਧੀ ਆਰਡੀਨੈਂਸ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਕਿਸਾਨ ਇੱਕ ਪਾਸੇ ਤਾਂ ਮੋਦੀ ਸਰਕਾਰ ਦੇ ਕੋਲੋਂ ਇਹ ਮੰਗ ਕਰ ਰਹੇ ਨੇ ਕਿ ਜਿਹੜੇ ਆਰਡੀਨੈਂਸ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ। ਉੱਧਰ ਦੂਜੇ ਪਾਸੇ ਕੜਕਦੀ ਠੰਡ ਦੇ ਵਿੱਚ ਧਰਨਾ ਦੇ ਰਹੇ ਲੱਖਾਂ ਦੀ ਗਿਣਤੀ 'ਚ ਕਿਸਾਨ ਮੋਦੀ ਸਰਕਾਰ ਦਾ ਪਿੱਠ ਸਿਆਪਾ ਕਰ ਰਹੇ ਨੇ। ਆਏ ਦਿਨ ਕੜਕਦੀ ਠੰਡ ਦੇ ਵਿੱਚ ਧਰਨਾ ਦੇ ਰਹੇ ਕਿਸਾਨਾਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਨੇ। ਇਸੇ ਹੀ ਕਿਸਾਨੀ ਸੰਘਰਸ਼ ਵਿੱਚ ਦਿੱਲੀ ਦੇ ਸਿੰਘੂ ਬਾਰਡਰ 'ਤੇ ਪਿਛਲੇ ਕਈ ਦਿਨਾਂ ਤੋਂ ਧਰਨਿਆਂ ਦੇ ਰਹੇ ਮੋਗੇ ਦੇ ਪਿੰਡ ਭਿੰਡਰ ਕਲਾਂ ਦੇ ਵਸਨੀਕ ਮੱਖਣ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਭਿੰਡਰ ਕਲਾਂ ਦਾ ਗੁਰਬਚਨ ਸਿੰਘ ਨਾਮੀ ਇੱਕ ਵਿਅਕਤੀ ਇਸੇ ਹੀ ਸੰਘਰਸ਼ ਦੀ ਭੇਂਟ ਚੜ ਗਿਆ ਸੀ। ਮ੍ਰਿਤਕ ਮੱਖਣ ਖਾਨ ਦੀ 45 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਔਰ ਪਿੱਛੇ ਦੋ ਬੇਟੇ ਤੇ ਇੱਕ ਬੇਟੀ ਤੋਂ ਇਲਾਵਾ ਧਰਮ ਪਤਨੀ ਨੂੰ ਛੱਡ ਗਏ ਨੇ। ਇਸ ਸੰਬੰਧ ਵਿੱਚ ਉਹਨਾਂ ਦੇ ਸਾਥੀਆਂ ਨਾਲ ਕੀ ਗੱਲਬਾਤ ਹੋਈ ਹੈ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਇਹ ਜੀ ਮੱਖਣ ਖਾਨ ਪਹਿਲਾਂ ਵੀ ਧਰਨਿਆਂ 'ਤੇ ਜਾਂਦਾ ਸੀ ਅਤੇ ਕਿਸਾਨ ਯੂਨੀਅਨ ਦੇ ਨਾਲ ਹੀ ਰਹਿੰਦਾ ਸੀ। ਪਿੰਡ ਪੱਧਰ 'ਤੇ ਵੀ ਬਹੁਤ ਇਹਨਾਂ ਨੇ ਕਿਸਾਨ ਯੂਨੀਅਨ ਦੇ ਨਾਲ ਰਹਿੰਦਾ ਸੀਗਾ ਪਹਿਲਾਂ ਤੋਂ ਹੀ। ਪਹਿਲਾਂ ਵੀ ਦਿੱਲੀ ਧਰਨੇ 'ਤੇ ਗਿਆ ਸੀਗਾ, ਅੱਜ ਫਿਰ ਕੱਲ੍ਹ ਫਿਰ ਦੁਬਾਰਾ ਦਿੱਲੀ ਧਰਨੇ 'ਤੇ ਪਿੰਡੋਂ ਰਵਾਨਾ ਹੋਇਆ ਜੱਥੇ ਦੇ ਨਾਲ। ਅੱਜ ਦੀ ਉੱਥੇ ਮੌਤ ਹੋ ਗਈ ਹੈ। ਇਹ ਗਰੀਬ ਪਰਿਵਾਰ ਨਾਲ ਬਹੁਤ ਸੰਬੰਧ ਰੱਖਦਾ ਸੀਗਾ। ਇਹਦੇ ਦੋ ਬੱਚੇ, 3 ਬੱਚੇ ਸੀਗੇ, 2 ਬੱਚੇ ਇਹਦੇ ਹੁਣ ਛੋਟੇ ਛੋਟੇ ਬੱਚੇ, 44 ਸਾਲ ਦੀ ਉਮਰ ਸੀਗੀ। ਬਹੁਤ ਮਾੜਾ ਕੰਮ ਹੋਇਆ ਜੀ, ਗਰੀਬ ਘਰ ਆ ਇਹ ਕਿਸਾਨਾਂ ਦਾ, ਬਹੁਤ ਮਾੜਾ ਹੋਇਆ ਜੀ ਇਹਦੇ ਨਾਲ। ਇਹ ਜੀ ਬਸ ਉੱਥੇ ਅਟੈਕ ਦੇ ਸਾਰ ਨੇ ਸਾਨੂੰ ਪਤਾ ਲੱਗਾ ਵੀ ਅਟੈਕ ਹੀ ਹੋਇਆ ਇਹਨੂੰ, ਕੋਈ ਐਡਾ ਕੋਈ ਬਿਮਾਰ ਨਹੀਂ ਸੀਗਾ। ਵਧੀਆ ਗਿਆ ਇੱਥੋਂ ਕੱਲ੍ਹ ਧਰਨੇ 'ਤੇ, ਪਹਿਲਾਂ ਵੀ ਜਾ ਕੇ ਆਇਆ ਸੀਗਾ। ਅਤੇ ਬਹੁਤ ਗਰੀਬ ਪਰਿਵਾਰ ਆ ਇਹ, ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਕੋਈ ਮਾਲੀ ਸਹਾਇਤਾ ਵੀ ਦਿੱਤੀ ਜਾਵੇ। ਗਰੀਬ ਕਿਸਾਨ ਆ ਇਹ, ਅਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਇਹ ਸਾਡਾ ਮੱਖਣ, ਮੇਥੋਂ ਛੋਟਾ ਭਰਾ ਮੱਖਣ, ਪਹਿਲਾਂ ਵੀ ਧਰਨਿਆਂ ਦੇ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਿਲ ਸੀ। ਲਗਾਤਾਰ ਜਦੋਂ ਵੀ ਜਥੇਬੰਦੀਆਂ ਕਿਸਾਨ ਧਰਨਿਆਂ 'ਤੇ ਪਹੁੰਚਦੀਆਂ, ਸਾਰੇ ਅਸੀਂ ਪਰਿਵਾਰ ਵਾਲੇ ਸਾਥ ਦਿੰਦੇ ਹਾਂ। ਪਹਿਲਾਂ ਵੀ ਦਿੱਲੀ ਗਿਆ, ਦਿੱਲੀ ਜਾਣ ਤੋਂ ਬਾਅਦ ਫਿਰ ਇਹ ਘਰ ਆਇਆ, ਘਰ ਆ ਕੇ ਫਿਰ ਸਾਡੇ ਪਿੰਡੋਂ ਦੋ ਟਰਾਲੀਆਂ ਗਈਆਂ, ਉਹਨਾਂ ਦੇ ਵਿੱਚ ਸ਼ਾਮਿਲ ਹੋਇਆ। ਅੱਜ ਸਾਨੂੰ ਦੁਪਹਿਰੇ ਫੋਨ ਆਇਆ ਕਿ ਸਾਡਾ ਜਿਹੜਾ ਛੋਟਾ ਭਰਾ ਇਸ ਦੁਨੀਆ ਤੋਂ ਕਿਸਾਨੀ ਸੰਘਰਸ਼ ਦੇ ਘੋਲ ਦੇ ਵਿੱਚ ਅਲਵਿਦਾ ਕਹਿ ਗਿਆ। ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ? ਅਸੀਂ ਛੋਟੇ ਬੱਚੇ ਆ ਜੀ, ਗਰੀਬ ਪਰਿਵਾਰ ਆ, ਛੋਟੀ ਪੂੰਜੀ ਵਾਲੇ ਆ, ਹਾਲਤ ਬਹੁਤ ਗਰੀਬ ਆ। ਅਸੀਂ ਮੰਗ ਕਰਦੇ ਹਾਂ ਕਿ ਸਾਡੀ ਮਾਲੀ ਸਹਾਇਤਾ ਹੋਵੇ। ਅਤੇ ਜਿਹੜਾ ਛੋਟੀ ਉਮਰ ਦੇ ਵਿੱਚ 44-45 ਸਾਲ ਕੋਈ ਉਮਰ ਹੁੰਦੀ ਆ, ਸਾਡਾ ਭਰਾ ਸਾਡੇ ਤੋਂ ਜੁਦਾ ਹੋ ਗਿਆ। ਮੋਗੇ ਤੋਂ ਸਰਬਜੀਤ ਰੌਲੀ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ 'ਤੇ, ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੈ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ
और ये मैं बड़ा फायदा होया तो मैं सर्वाइकल की भी दिक्कत सी तो भी मैं बड़ा रिलीफ मिले। यूज़ करो तो मैं प्रैक्टिकल यूज़ कर रहा।